आज बीजेपी प्रत्याशी शीतल अंगुराल ने जालंधर के भार्गो कैंप में डोर टू डोर कैंपेनिंग की, जिसमें खास तौर पर पंजाबी अदाकारा प्रीति सपरू और अन्य पंजाबी अदाकारों ने डोर टू डोर कैंपेनिंग के दौरान आम जनता से बीजेपी प्रत्याशी शीतल अंगुराल के पक्ष में वोट करने की अपील की। भार्गो कैंप के वासियों ने खुलकर बीजेपी उम्मीदवार शीतल अंगुराल का समर्थन किया और कई जगहों पर उन पर फूल बरसाए। वीडियो को शेयर करें, लाइक करें, चैनल पेज को फॉलो व सब्सक्राइब जरूर करें। देखो हजाम शीतल अंगुराल जी का नाम आ गया, शीतल आ गया, शीतल भारतीय जनता पार्टी, भारतीय जनता पार्टी आ गया, शीतल आ गया, शीतल आ गया, शीतल शीतल अंगुराल ਸਸਿਕਾਲ ਬਹੁਤ ਬਹੁਤ ਪਿਆਰ ਜਲੰਧਰ ਵਿੱਚ ਵਸਣ ਵਾਲੇ ਸਾਰੇ ਮੇਰੇ ਪਿਆਰੇ ਪੰਜਾਬੀਆਂ ਨੂੰ ਪ੍ਰੀਤੀ ਸਪਰੂ ਵੱਲੋਂ ਬਹੁਤ ਪਿਆਰ ਅਤੇ ਮੈਂ ਅੱਜ ਇੱਥੇ ਆਈ ਹਾਂ ਸ਼ੀਤਲ ਅਨੁਰਾਗ ਜੀ ਦਾ ਇਲੈਕਸ਼ਨ ਦੇ ਕੈਂਪੇਨ ਵਿੱਚ ਅਤੇ ਮੈਂ ਸਮਝਦੀ ਹਾਂ ਮੈਨੂੰ ਜਦੋਂ ਪਤਾ ਲੱਗਿਆ ਕਿ ਉਹ ਲੜ ਰਹੇ ਨੇ ਚੋਣ 'ਤੇ ਉਹ ਬਹੁਤ ਹੀ ਅੱਛੇ ਵਰਕਰ ਨੇ ਉਹ ਬਹੁਤ ਹੀ ਚੰਗਾ ਕੰਮ ਕਰਦੇ ਆ ਔਰ ਇੱਕ ਰੂਲਿੰਗ ਪਾਰਟੀ ਨੂੰ ਇੱਥੇ ਦੀ ਉਹ ਛੱਡ ਕੇ ਬੀਜੇਪੀ ਵਿੱਚ ਆਏ ਨੇ ਅਤੇ ਤੁਸੀਂ ਸਮਝ ਸਕਦੇ ਹੋ ਕਿ ਕੋਈ ਬੰਦਾ ਇਸ ਤਰ੍ਹਾਂ ਦਾ ਸਟੈਪ ਨਹੀਂ ਲੈਂਦਾ ਕਿ ਇੱਕ ਪਾਰਟੀ ਜਿਹੜੀ ਰੂਲ ਕਰ ਰਹੀ ਹੈ ਉਹਦੇ ਵਿੱਚ ਸੀਗੇ ਉਹਨੂੰ ਛੱਡ ਕੇ ਬੀਜੇਪੀ ਵਿੱਚ ਆ ਗਏ ਜਿਹੜੇ ਇੱਥੇ ਪਾਰਟੀ ਨਹੀਂ ਹੈ ਪਾਵਰ ਵਿੱਚ ਅਤੇ ਉਹ ਉਹਨਾਂ ਦੇ ਕੋਈ ਇਹਦੇ ਲਈ ਤੁਸੀਂ ਮਜਬੂਰੀ ਹੋਏਗੀ ਨਾ ਕਿ ਉਹਨਾਂ ਉਹ ਜਿਹੜੇ ਪ੍ਰੋਮਿਸਿਸ ਉਹਨਾਂ ਨੇ ਕੀਤੇ ਸੀ ਜਲੰਧਰ ਦੇ ਲੋਕਾਂ ਨੂੰ ਉਹ ਪੂਰੀ ਕਰਨ ਵਿੱਚ ਉਹਨਾਂ ਨੂੰ ਸਪੋਰਟ ਨਹੀਂ ਕਰ ਰਹੀ ਸੀ ਉਹ ਗੌਰਮੈਂਟ ਮਤਲਬ ਇਹ ਗੌਰਮੈਂਟ ਅਤੇ ਇਸ ਲਈ ਉਹ ਆਏ ਨੇ ਅਤੇ ਹੁਣ ਤੁਸੀਂ ਪਲੀਜ਼ ਉਹਨਾਂ ਨੂੰ ਸਪੋਰਟ ਕਰੋ ਤਾਂ ਕਿ ਬੀਜੇਪੀ ਦੀ ਹੈਲਪ ਨਾਲ ਉਹ ਜਲੰਧਰ ਵਿੱਚ ਜੋ ਕੁਛ ਤੁਸੀਂ ਤੁਹਾਡੀ ਜਿਹੜੀ ਕੁਛ ਪ੍ਰੋਬਲਮਸ ਹੈ ਉਹਨਾਂ ਨੂੰ ਹੱਲ ਕਰ ਸਕਣ ਤੁਹਾਡੀ ਹੈਲਪ ਕਰ ਸਕਣ ਅਤੇ ਅਨੂ ਮੈਂ ਇਹ ਕਹੂੰਗੀ ਪਲੀਜ਼ ਸ਼ੀਤਲ ਜੀ ਨੂੰ ਵੋਟ ਕਰਕੇ ਜਿਤਾਓ ਅਤੇ ਉਹਦੇ ਬਾਅਦ ਦੇਖੋ ਤੁਸੀਂ ਕਿੰਨਾ ਚਾਹੀਦਾ ਜਿੱਦਾਂ ਕਿ ਮੈਮ ਅੱਜ ਜਿਹੜਾ ਇੱਕ ਪੈਨ ਡਰਾਈਵ ਨੂੰ ਲੈ ਕੇ ਜਿਹੜਾ ਪਰੂਫ ਲੈ ਕੇ ਆਏ ਸੀ ਸ਼ੀਤਲ ਜੀ ਅਤੇ ਔਰ ਸੀਐਮ ਭਗਵੰਤ ਮਾਨ ਜੀ ਗੱਲ ਕਰ ਰਹੇ ਸੀ ਕਿ ਆਪਾਂ ਤੁਸੀਂ ਦਿਖਾਓ ਪਰੂਫ ਅੱਜ ਪਹੁੰਚੇ ਸੀਐਮ ਭਗਵੰਤ ਮਾਨ ਨਹੀਂ ਆਏ ਤਾਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਾਂਗੀ ਕਿ ਦੇਖੋ ਜਿਹੜਾ ਬੰਦਾ ਸਹੀ ਹੈ ਸੱਚਾ ਹੈ ਉਹ ਤਾਂ ਆ ਕੇ ਖਲੋ ਗਿਆ ਉੱਥੇ ਜੀ ਉਹ ਤੇ ਪਰੂਫ ਲੈ ਕੇ ਖਲੋ ਗਿਆ ਜੀ ਉਹ ਤੁਹਾਨੂੰ ਚੈਲੰਜ ਉਹਨੇ ਕੀਤਾ ਸੀ ਜੀ ਤੁਸੀਂ ਕਿਉਂ ਨਹੀਂ ਆਏ ਜੀ ਇਹ ਤਾਂ ਤੁਹਾਡੀ ਤੁਹਾਨੂੰ ਜਵਾਬ ਦੇਣਾ ਚਾਹੀਦਾ ਕਿ ਕਿਉਂ ਨਹੀਂ ਆਏ ਉਹਨੇ ਤਾਂ ਤੁਹਾਨੂੰ ਚੈਲੰਜ ਕੀਤਾ ਸੀ ਤੁਸੀਂ ਤੇ ਜੇ ਤੁਹਾਡੇ ਵਿੱਚ ਜੇ ਕੋਈ ਉਹ ਗਲਤ ਕਹਿ ਰਹੇ ਸੀ ਤਾਂ ਤੁਸੀਂ ਆ ਕੇ ਕਹਿਣਾ ਚਾਹੀਦਾ ਸੀ ਤੇ ਜੇ ਨਹੀਂ ਆਏ ਤਾਂ ਮੈਂ ਸਮਝਦੀ ਹਾਂ ਸ਼ੀਤਲ ਜੀ ਦੇ ਬਿਆਨ ਵਿੱਚ ਕੁਛ ਸੱਚਾਈ ਹੋਏਗੀ ਤਾਂ ਹੀ ਇਸ ਤਰ੍ਹਾਂ ਤੁਸੀਂ ਨਹੀਂ ਕਰ ਸਕਦੇ ਨਾ ਕਿਸੇ ਤੇ ਐਲੀਗੇਸ਼ਨ ਨਹੀਂ ਲਾ ਸਕਦੇ ਜੇ ਕੁਛ ਸੱਚਾਈ ਨਾ ਹੋਵੇ ਜੀ ਮੈਂ ਸਮਝਦੀ ਹਾਂ ਸ਼ੀਤਲ ਜੀ ਚੰਗੇ ਕਾਰਿਆਂ ਦੇ ਮਤਲਬ ਵਰਕਰ ਨੇ ਸੇਵਾ ਕਰਨਾ ਚਾਹੁੰਦੇ ਚੰਗੇ ਸੇਵਾਦਾਰ ਨੇ ਅਤੇ ਬੀਜੇਪੀ ਦੇ ਸਾਥ ਨਾਲ ਉਹ ਜਲੰਧਰ ਲਈ ਬਹੁਤ ਕੁਛ ਸੁਪਨੇ ਮਤਲਬ ਪੂਰੇ ਕਰਨਾ ਚਾਹੁੰਦੇ ਆ ਅਤੇ ਮੈਂ ਕਹੂੰਗੀ ਜ਼ਰੂਰ ਉਹਨਾਂ ਨੂੰ ਜਿਤਾ ਕੇ ਤੁਸੀਂ ਪਾਵਰ ਵਿੱਚ ਲਾਓ ਬੀਜੇਪੀ ਨੂੰ ਪਾਵਰ ਵਿੱਚ ਲਾਓ ਤਾਂ ਕਿ ਤੁਹਾਡੇ ਸਾਰਿਆਂ ਦੇ ਕੰਮ ਹੋ ਜਾਣ ਤੇ ਜਿੱਦਾਂ ਕਿ ਮੈਮ ਜਿਹੜਾ ਧਰਨਾ ਪ੍ਰਸ਼ਨ ਹੋਇਆ ਸੀਗਾ ਸ਼ੀਤਲ ਅਨੁਰਾਗ ਵੱਲੋਂ ਉਹਨਾਂ ਉਸ ਤੋਂ ਬਾਅਦ ਚੰਨੀ ਜੀ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀਗੀ ਉਹਨਾਂ 'ਚ ਉਹਨਾਂ ਨੇ ਦੱਸਿਆ ਕਿ ਘਪਾਨਾ ਗੈਂਗਸਟਰ ਹੈਗੇ ਨੇ ਅਤੇ ਉਹਨਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਨੇ ਠੀਕ ਹੈ ਤੇ ਤੁਸੀਂ ਮੈਡਮ ਕੀ ਮੁੱਦੇ ਰੱਖਣਾ ਚਾਹੁੰਦੇ ਹੋ ਕਿ ਜਿਹੜੇ ਵੈਸਟ ਏਰੀਆ ਦੇ ਵਿੱਚ ਆਮ ਪਬਲਿਕ ਕੀ ਕਰਨੀ ਹੈ ਤੇ ਦੇਖੋ ਇਹ ਆ ਬਹੁਤ ਦੁੱਖ ਹੁੰਦਾ ਮੈਂ ਜਦ ਆਂਦੀ ਸੀ ਇੱਥੇ ਸ਼ੂਟਿੰਗ ਕਰਨ ਲਈ ਪੰਜਾਬ ਵਿੱਚ ਬਹੁਤ ਹੀ ਮਤਲਬ ਸੋਹਣਾ ਮਾਹੌਲ ਸੀ ਬਹੁਤ ਖੁਸ਼ਹਾਲੀ ਸੀ ਹੁਣ ਮੈਂ ਦੇਖਦੀ ਹਾਂ ਜਿਵੇਂ ਕਿ ਇਹ ਨਸ਼ਾ ਜਿਹੜਾ ਹੈ ਇੰਨਾ ਵੱਧ ਰਿਹਾ ਹੈ ਇੱਥੇ ਬਹੁਤ ਦੁੱਖ ਹੁੰਦਾ ਹੈ ਇਹ ਗੁੰਡਾਗਿਰਦੀ ਜਿਹੜੀ ਇੱਥੇ ਵੱਧ ਰਹੀ ਹੈ ਉਹਦੇ ਉਹ ਵੀ ਸੁਣ ਕੇ ਬਹੁਤ ਦੁੱਖ ਹੁੰਦਾ ਹੈ ਅਤੇ ਇਹ ਸਭ ਲਾਅ ਐਂਡ ਆਰਡਰ ਇੱਥੇ ਨਹੀਂ ਹੈ ਜਿਵੇਂ ਹੋਣਾ ਚਾਹੀਦਾ ਹੈ ਅਤੇ ਮੈਂ ਸਮਝਦੀ ਹਾਂ ਤੁਸੀਂ ਸਾਰੇ ਪੰਜਾਬ ਵਿੱਚ ਰਹਿਣ ਵਾਲੇ ਇਸ 'ਤੇ ਗੌਰ ਕਰੋ ਔਰ ਸਾਰੇ ਤੁਸੀਂ ਸਪੋਰਟ ਕਰੋ ਇਹਦੇ 'ਤੇ ਦੇਖੋ ਇਹਨੂੰ ਇਹਦੇ ਦੇਖ ਕੇ ਅੱਖ ਬੰਦ ਕਰਕੇ ਬਹਿਣ ਵਾਲੀ ਗੱਲ ਨਹੀਂ ਹੈ ਇਸ ਤਰ੍ਹਾਂ 'ਤੇ ਅਸੀਂ ਪੰਜਾਬ ਨੂੰ ਬਰਬਾਦ ਕਰਕੇ ਆਉਂਦੇ ਹਾਂ ਅਤੇ ਪਲੀਜ਼ ਸਾਰੇ ਮਿਲ ਕੇ ਸੋਚੋ ਸਮਝੋ ਕਿ ਸਾਨੂੰ ਕੀ ਕਰਨਾ ਚਾਹੀਦਾ ਸਾਰੇ ਇੱਕ ਇੱਕ ਬੰਦੇ ਦੀ ਪੰਜਾਬੀ ਦੀ ਕਿਉਂ ਡਿਊਟੀ ਬਣਦੀ ਹੈ ਸਾਨੂੰ ਪੰਜਾਬ ਨੂੰ ਸੁਰੱਖਿਅਤ ਰੱਖਣਾ ਜੇ ਸਾਡਾ ਦੇਸ਼ ਸੁਰੱਖਿਅਤ ਹੈ ਤਾਂ ਹੀ ਸਾਡਾ ਪੰਜਾਬ ਸੁਰੱਖਿਅਤ ਹੈ ਅਤੇ ਪਲੀਜ਼ ਸ਼ੀਤਲ ਜੀ ਨੂੰ ਵੋਟ ਕਰੋ ਅਤੇ ਦੇਖੋ ਬਹੁਤ ਡੇਅਰਿੰਗ ਇਨਸਾਨ ਨੇ ਬਹੁਤ ਚੰਗੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਸਪੋਰਟ ਕਰੋ